ਗੋਪੇ ਮਾਨ ਬੱਲੋ ਤੇ ਬਈ ਵਾਲੀ ਹੈ ਜੋਟੀ ਟੱਕਰ ਦੇ ਸਚਿਨ ਤੇ ਘੁੱਗੀ ਦੀ ਟੱਕਰ ਐਂਡ ਮੈਚ ਲੱਗਣਾ ਐਂਡ ਵੇ ਇਧਰ ਵੱਡੇ ਸਟਾਰਾਂ ਦੀ ਟੱਕਰ ਹੋਵੇਗੀ ਤੇ ਚਾਰੇ ਦੇ ਚਾਰੇ ਗਰਾਊਂਡ ਜਿਹੜੇ ਆਪਾਂ ਕਹਿ ਦਈਏ ਵੀ ਕਰੀ ਚੱਲੋ ਸ਼ੇਰ ਟੌਪ ਦਾ ਮੈਚ ਆ ਵੀਰੇ ਦਿਵਾਨ ਖੇਡਦਾ ਮੈਂ 3 ਨੰਬਰ ਗਰਾਊਂਡ ਤੇ ਆ ਜੀ ਬਾਰੇ ਗਿਆ ਵੀਰੇ ਪੁੱਜੀਆਂ ਨੇ ਮੰਡੜਦਾਰ 3 ਤੇ ਲਾਈ ਵਾਲੀਬਾਲ 2 ਲਾਈਵ ਆ ਤੇ ਵਾਲੀਬਾਲ ਐਂਡ ਗੱਲਬਾਤ ਆ ਦੂਜਾ ਨਹੀਂ ਪਤਾ ਯਾਰ ਕਿਹੜਾ ਬਾਈ ਯਾਰ ਸਰਬੇ ਲਾਈਵ ਦੱਸਦੇ ਹੀ ਥੱਕ ਜਾਂਦੇ ਆ ਬਾਈ ਯਾਰ ਬਾਹਲੀ ਵਾਰ ਦੱਸਦੇ ਆ ਲਾਈਵ 7-8 ਲਾਈਵ ਨੇ ਅੱਜ ਤਾਂ ਬਾਈ ਯਾਰ 3 ਤੇ ਵਾਲੀਬਾਲ ਐਂਡ ਗੱਲਬਾਤ ਆ ਮੇਰੇ ਹਿਸਾਬ ਨਾਲ ਤਾਂ ਬਾਈ ਵੀਰੇ ਗਰਾਊਂਡ ਉੱਥੇ ਸੋਨੀ ਤੋਂ ਲਿਆਓ ਵੀਰੇ ਵਾਲੀਬਾਲ ਐਂਡ ਗੱਲਬਾਤ ਕਰ ਲਓ ਸਾਡੇ ਵੀਰ ਨੂੰ ਬੜਾ ਪਿਆਰਾ ਤੇ ਸਤਿਕਾਰਯੋਗ ਵੀਰ ਆ ਔਰ ਚਰਚੇ ਦੁਨੀਆਂ ਦੇ ਵਿੱਚ ਸਾਡੇ ਵੀਰ ਦੇ ਚਾਂਗਲੀ ਦਾ ਪਰਿੰਦਰ ਪੁੱਜਿਆ ਹੋਇਆ ਔਰ ਚਰਚੇ ਉਹਦੇ ਵੀ ਵੱਡੇ ਤਲਵੰਡੀ ਵਾਲੇ ਦਿਲਸ਼ਾਦ ਦੇ ਨਾਲ ਮੇਰੇ ਮਿੱਤਰੋਂ ਨੰਬਰਦਾਰ ਦਲੇਰ ਲੈ ਵੀ ਉਧਰੋਂ ਭਰਾ ਹੈ ਸਾਡਾ ਬਿੰਦੂ ਆਸਟ੍ਰੇਲੀਆ ਰੈਸਲ ਦਾ ਵੀਰ ਉਹ ਕਹਿੰਦਾ ਰੈਸਲ ਦੇ ਟੂਰਨਾਮੈਂਟ ਦੇ ਪਹਿਲੇ ਰਾਊਂਡ ਤੋਂ ਲੈ ਕੇ ਜਿੰਨੇ ਵੀ ਜਿਹੜਾ ਵੀ ਖਿਡਾਰੀ ਪਹਿਲੇ ਰਾਊਂਡ ਤੋਂ ਲੈ ਕੇ ਫਾਈਨਲ ਤੱਕ ਜਿਹੜਾ ਵਧੀਆ ਪ੍ਰਦਰਸ਼ਨ ਕਰਦਾ ਰਿਹਾ ਉਹ ਸੋਨੀ ਉਹ ਖਿਡਾਰੀ ਦਾ ਸਨਮਾਨ ਹਰ ਇੱਕ ਮੈਚ ਦੇ ਵਿੱਚ ਰੇਂਜਰ ਸਾਈਕਲ ਦੇ ਨਾਲ ਕਰੀ ਤਾੜੀਆਂ ਮਾਰਦੇ ਮੇਰੇ ਵੀਰੋ ਬਿੰਦੂ ਆਸਟ੍ਰੇਲੀਆ ਸਾਡਾ ਵੀਰ ਆ ਹਰ ਇੱਕ ਮੈਚ ਦੇ ਵਿੱਚ ਤੇਰਾ ਖਿਡਾਰੀ ਟਾਪ ਦਾ ਪ੍ਰਦਰਸ਼ਨ ਕਰੇਗਾ ਮੇਰੇ ਵੀਰੋ ਆਸਟ੍ਰੇਲੀਆ ਦਾ ਰੈਸਲਰ ਦਾ ਭਰਾ ਸਾਡਾ ਬਿੰਦੂ ਉਹ ਕਹਿੰਦਾ ਵੱਡੇ ਨੇੜੇ ਬਾਹਰ ਰੇਂਜਰ ਸਾਈਕਲ ਦੇ ਕੇ ਕਰਾਂਗੇ ਆਪਾਂ ਲਓ ਕਦੇ ਵਾਰ ਸਨਮਾਨ ਵੱਡੇ ਆ ਲੈ ਵੀ ਕਿੰਨੇ ਕਿੰਨੇ ਪੁਆਇੰਟ ਆ ਹੈਲੋ ਦੱਸ ਕੇ ਬੜਾ ਵੀਰ ਬਣ ਕੇ ਚੜ੍ਹਾਏ ਗਰਾਊਂਡ ਨੰਬਰ 4 ਦੇ ਵਿੱਚ ਪਹੁੰਚੇ ਔਰ ਇੱਧਰ ਮੇਰੇ ਮਿੱਤਰ ਆਊਟ ਕੈਪਟਨ ਦੀ ਕਹਿੰਦਾ ਦੁਨੀਆ ਦਵਾਨੀ ਹੈ ਜਬੜੀ ਭੰਗਰ ਕਰਵਾਈ ਆਉਂਦੇ ਆ ਖੇਡ ਗਰਾਊਂਡ ਦੇ ਅੰਦਰ ਮੇਰੇ ਮਿੱਤਰ ਵੀ ਮੁੱਲ ਪੈਣ ਸਰੀਰਾਂ ਦੇ ਲਾਉਂਦੇ ਮਿਹਨਤ ਉੱਠ ਕੇ ਜੋ ਤੜਕੇ ਆਹ ਧੰਨ ਚੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਰਵੀ ਦਾ ਮੈਚ ਹੋ ਗਿਆ ਵੀਰੇ ਜਿੱਤ ਗਿਆ ਰਵੀ ਜਿੱਤ ਗਿਆ ਜੀ ਰਵੀ ਕੁਆਟਰ 'ਚ ਪਹੁੰਚ ਗਿਆ ਵੀਰੇ ਰਵੀ ਕੁਆਟਰ 'ਚ ਮੇਰੇ ਹਿਸਾਬ ਨਾਲ ਜੀ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਗੋਪੇ ਮਾਨ ਬੱਲੋ ਦੀ ਟੱਕਰ ਹੋਈ ਜਾਂਦੀ ਹੈ ਜੌਂਟੀ ਬਈਏ ਵਾਲ ਨਾਲ ਵੀਰੇ ਕਿੰਨੇ ਸਕੋਰ ਆ ਤਰਲੇ 5-1 ਸਕੋਰ ਆ ਜੀ 5 ਚੈਣਿਆਲ 1 ਖੇੜੀ ਵੀਰੇ ਇੱਧਰ ਮੈਂ ਵੇਖਦਾ ਮੇਰੇ ਮਿੱਤਰੋਂ ਸੰਧਾ ਆਇਆ ਸਹਿਬਾਜਪੁਰ ਦੀ ਧਰਤੀ ਦਾ ਦੁਨੀਆ ਦਾ ਮਹਾਨ ਖਿਡਾਰੀ ਆਹ ਗੱਲਾਂ ਕਹਿੰਦੇ ਟਿਕਾਣੇ ਲੱਗਣੀਆਂ ਨੇ ਮੇਰੇ ਵੀਰੋ ਮੈਚ ਦੇ ਤਗੜਾ ਖੇਡਿਆ ਜਾ ਰਿਹਾ ਉੱਧਰੋਂ ਭਰਾ ਸਾਡਾ ਉੱਪਰ ਰੇੜੀ ਮਾਰਨ ਵਾਲਾ ਕਹਿੰਦੇ ਵੀਰ ਨੀਰ ਜੋ ਕਹਿੰਦਾ ਵੀ ਚਿੰਦਰ ਗੋਪੀ ਦੇ ਮੋਟੇ ਵੀ ਸਿੰਗਲ ਹੈਂਡ ਓਏ ਸਮੈਸ਼ ਓਏ ਰੇੜੀ ਵਾਲਿਓ ਵੀਰ ਕਹਿੰਦਾ ਟੱਟੇ ਮਾਰ ਕਰ ਦੇਗੇ ਸ਼ੇਰੂ ਦਾ ਮੈਚ 3 ਨੰਬਰ ਗਰਾਊਂਡ ਤੇ ਵੀਰੇ ਛੋਟੂ ਮਾਜਰ ਆਇਆ ਜੀ ਬਿਲਕੁਲ 3 ਤੇ ਲਾਈ ਵਾਲੀਬਾਲ ਐਂਡ ਗੱਲਬਾਤ ਆ ਵੀਰੇ ਵੀ ਲਾਈ ਜਿਹੜਾ ਬੈਠਾ ਉਹ ਕਹਿੰਦਾ ਸੈਨਲ ਦੇ ਟੂਰਨਾਮੈਂਟ ਦੀ ਤਰੀਕ ਹੈ ਰੇੜੀ ਉਹ ਜਲਦੀ ਅਨਾਊਂਸ ਕਰਦੇ ਨੇ ਮੇਰੇ ਮਿੱਤਰੋ ਤੇ ਫੱਟੇ ਸਪਰਾਈ ਦਾ ਰਾਸ਼ਰੀਏ ਜੱਸੇ ਦਾ ਤੇ ਫੁੱਲੀ ਵਾਲੀ ਸੋਨੀ ਦਾ ਆਪਾਂ ਵੱਡਾ ਸਨਮਾਨ ਕਰਾਂਗੇ ਤੇ ਇੱਕ
ਸਪਲਾਈ ਜਾਂਦਾ ਵੀਰਾਂ ਦੇ ਲਈ। ਹੈਲੋ ਲੈ ਵੀ ਤਿੰਨ ਨੰਬਰ ਗਰਾਊਂਡ ਦਾ ਵੀ ਮੈਚ ਚਾਲੂ ਕਰ ਦੋ ਮੇਰਾ ਵੀਰ ਬਣ ਕੇ, ਤਿੰਨ ਨੰਬਰ ਗਰਾਊਂਡ ਦਾ ਵੀ ਮੈਚ ਚਾਲੂ ਕਰ ਦੀਏ ਆਪਾਂ। ਹਰ ਇਧਰਲੇ ਪਾਸੇ ਇੱਕ ਨੰਬਰ ਗਰਾਊਂਡ, ਪੁਆਇੰਟ ਤੇ ਦੱਸੋ ਵੀਰੇ ਕਿੰਨੇ ਕਿੰਨੇ ਹੋ ਗਏ ਤਰਨੇ, ਨੰਬਰ ਜ਼ਰੂਰ ਸਾਂਝੇ ਕਰ ਦਈਏ। ਬਈ ਵਾਲੀਆਂ ਜੰਤੀਆਂ ਬੱਲ ਵਾਲਾ ਗੋਤਾ ਦਬਾਣ ਖੇਡਦਾ ਮੈਚ ਵੀਰੇ, ਤਿੰਨ ਨੰਬਰ ਤੇ ਆ ਜੀ ਵਾਲੀਬਾਲ ਐਂਡ ਗੱਲਬਾਤ ਤੇ ਵੀਰੇ, ਪਾਸੇ ਵੀ ਪੂਰਾ ਖੇਡਦਾ ਮੈਂ ਤਿੰਨ ਨੰਬਰ ਗਰਾਊਂਡ ਤੇ ਵਾਲੀਬਾਲ ਐਂਡ ਗੱਲਬਾਤ ਤੇ ਲਾਈ ਹੋਈ ਨਾਲ ਕਹਿੰਦੇ ਸੁਖਦੀਪ ਤੇ ਅੱਜ ਰੱਜ ਕੇ ਖੱਜਲ ਕਰੀ ਤੁਰਿਆ ਆਉਂਦਾ ਮੇਰੇ ਮਿੱਤਰ ਥੋੜੀਆਂ ਦੇ ਸਟਾਰ ਪੁੱਜ ਗਏ ਰਵੀ, ਕੁਆਟਰ ਫਾਈਨਲ ਚ ਪਹੁੰਚ ਗਿਆ ਵੀਰੇ, ਗਰਾਊਂਡ ਨੰਬਰ 3 ਦੇ ਵਿੱਚ ਪਹੁੰਚੇ ਵੀਰੇ। ਉਧਰੋਂ ਦੀਪ ਆ ਸਾਡਾ ਭਰਾ ਦੀਪ, ਬਈ ਵਾਲੀਆਂ ਜੌਂਟੀ ਤਗੜੀ ਬਾਲ ਆ ਗਿਆ ਉਧਰੋਂ ਦੀਪ ਸਿੰਧੂ, ਬਈ ਵਾਲੀਆਂ ਜੌਂਟੀ ਦੀਪ ਸਿੰਧੂ ਦੇ ਨਾਲ ਸੁੱਖ ਆਏ ਫਾਇਰ ਬ੍ਰਿਗੇਡ ਵਾਲਾ ਭਰਾ ਸਾਡਾ, ਕਹਿੰਦੇ ਵੀ ਅਗਲੇ ਸਾਲ 95 ਪ੍ਰਾਈਜ਼ ਦੇਣਾ, 9900 ਰੁਪਏ ਦੇਵਾਂਗੇ। ਠੀਕ ਆ ਜੀ, ਪਰਮਜੀਤ ਸੋਈਆਂ ਜੀ, ਮਨਦੀਪ ਸਿੰਘ ਵੈਲਕਮ ਜੀ, ਜ਼ਿੰਦਗੀ ਦਾ ਕਹਿੰਦੇ ਅਜੀਤ ਸ਼ੇਰੂ ਆਇਆ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਆ, ਟੈਨ ਬੜਾ ਤਗੜਾ ਆ, ਲੋਕਾਂ ਦਾ ਥੱਕ ਵਧਿਆ ਹੋਇਆ ਤੇ ਨਵੀਂ ਕਮਰੀ ਨੰਬਰ ਦੇ ਦੱਸ ਕਿੰਨੇ ਕਿੰਨੇ ਹੋ ਗਏ ਗੁਰੀ, ਇਹ ਪਹਿਲਾ ਉਧਰ ਹੋ ਗਿਆ ਚਾਰ, ਦੋ ਹੋ ਗਏ ਉਧਰ ਤਿੰਨ, ਚਾਰ ਨੰਬਰ ਯੋਧਪੁਰੀਆਂ ਦੀ ਟੀਮ ਨੇ, ਤਿੰਨ ਨੰਬਰ ਜਿਹੜੇ ਉਹ ਰਾਜਕੋਟ ਦੇ ਮੁੰਡੇ ਆ ਰਿਹਾ ਹਾਂ ਪੱਲੇ, ਰਾਜਕੋਟ ਲਾਟੀ ਕਿੰਨਾ ਕਰ ਲਿਆ ਲਾਵੀ ਬਾਈ, ਕਿੰਨਾ ਜਿਹਨਾਂ ਨੂੰ ਕੋਚ ਵੀ ਖੇਡ ਦਿੱਤਾ ਲੱਗਦਾ ਤੀਜੇ ਰਾਊਂਡ ਦੇ ਮੈਚ ਲਈ ਆਦਾ ਤੀਜੇ ਰਾਊਂਡ ਦੇ ਵੀਰੇ। ਬਾਈ ਮੇਰੀ ਬੇਨਤੀ ਆ ਭਰਾ ਬਣ ਕੇ ਜਿਹੜੇ ਵੀਰ ਗਰਾਊਂਡ ਨੰਬਰ 2 ਤੇ 3 ਦੇ ਵਿਚਾਲੇ ਖੜੇ ਆ ਕਾਲੇ ਦੇ ਚਰਤੇ ਹੁੰਦੇ ਕੈਨੇਡਾ ਵਾਲਾ ਟੋਂਡੀ ਵੀ ਆਇਆ ਹੋਇਆ ਲੱਗਦੀ ਹੈ ਤੇ ਬਾਈ ਦਿਲਪ੍ਰੀਤ ਦੇ ਗੱਲ ਕਨੇਡਾ ਵਾਲਾ ਕਹਿੰਦਾ ਵੀ ਰੁਪਈਆ ਆਪਾਂ 500 ਦੇਵਾਂਗੇ, ਹਾਏ ਵੱਡੇ ਜਿਹੜੇ ਮਾਰ ਹੋਣਗੇ ਮੇਰੇ ਮਿੱਤਰੋ, ਗੱਲਾਂ ਕਹਿੰਦੇ ਵੱਡੀਆਂ ਨੇ ਫੌਜੀ ਕੋਲ ਸਾ ਆਇਆ ਵੀਰੇ, ਬਿਲਕੁਲ ਆਇਆ ਜੀ, ਲੋੜਪੁਰੀਆ ਬਾਦਰਗੜੀਆ ਵੀ ਆਇਆ ਵੀਰੇ, ਪਿਛਲੇ ਕਈ ਟੂਰਨਾਮੈਂਟਾਂ ਦਾ ਧੁੱਕੀ ਕੱਢਿਆ ਰਾਜਕੋਟ ਆਈ ਆ ਵੀਰੇ, ਆਈ ਆ ਜੀ ਤੇਰੇ ਤੇ ਮਾਰ ਕਰਦਾ ਬਈ ਪਲਵੰਤ ਪਲਬਸੀ ਵਾਲਾ ਜਾਇਆ ਹੋਇਆ ਰਾਜਕੋਟ ਦੇ ਮੁੰਡਿਆਂ ਦੇ, ਕਹਿੰਦੇ ਮਾਰ ਕਰਦਾ ਵੀਰ ਸਾਡਾ ਲਾਡੀ ਵੀ ਖੇਡਦੇ ਤੇ ਗੱਲਾਂ ਹੁੰਦੀਆਂ ਨੇ ਬਈ, ਕਿਚਨ ਕਹਿੰਦਾ ਚੋਰਾਂ ਵੀ ਕਹਿੰਦੇ ਲਾਈਵ ਰਿਹਾ ਬੈਠਾ, ਆਹ ਗੱਲਾਂ ਬਾਤਾਂ ਕਹਿੰਦੇ ਵੱਡੀਆਂ ਨੇ ਬਈ, ਚੋਰਾਂ ਵੀ ਕਹਿੰਦੇ
ਬੱਲੇ ਬੱਲੇ ਸ਼ਹਿਰ ਪਿੰਡ ਵਾਲਾ ਉਹ ਵੀ ਲਾਈਵ ਰਿਹਾ ਬੈਠਾ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਮੇਰੇ ਵੀਰੇ ਹੋਰ ਇਹਨੂੰ ਉੱਪਰ ਯੂਐਸਏ ਦੀ ਬਹੁਤ ਵੱਡਾ ਧੰਨਵਾਦ ਹੈ ਬੜਾ ਪਿਆਰ ਹੈ ਸਾਡੇ ਬਾਈ ਗੁਰਪ੍ਰੀਤ ਬੱਸੀਆਂ ਦੀ ਨਾਲ ਮਿੰਡੀ ਆਸਟ੍ਰੇਲੀਆ ਇਹਨਾਂ ਭਰਾਵਾਂ ਦੇ ਵੱਲੋਂ ਦੂਜਾ ਪ੍ਰਾਈਜ਼ ਕਹਿੰਦੇ ਅੱਜ ਦਾ 21,000 ਰੁਪਇਆ ਦਿੱਤਾ ਜਾਣਾ ਕਿਤੇ ਵੱਡੇ ਮਾਣ ਵਾਲੀ ਗੱਲ ਹੈ ਤਾਂ ਸਾਹਮਣੇ 3 ਪੁਆਇੰਟ ਆ ਜਿਹੜੇ ਖੇੜੀ ਟੀਮ ਔਰ 7 ਨੰਬਰ ਆ ਬਾਈ ਸੰਗਰੂਰ ਦੀ ਟੀਮ ਪਹੁੰਚੇ ਬਾਈ ਬਣ ਗਏ ਕੇਰਲ ਦੀ ਧਰਤੀ ਤੇ ਆ ਬਰਿੰਦਰ ਭੰਗੂ ਜਿਹੜੇ ਕੰਟਰੀ ਚ ਕਿਹੜੀ ਦਾ ਮੁੰਡਾ ਬਿਸਲ ਦੇ ਬਰਿੰਦਰ ਭੰਗੂ ਕਹਿ ਦੀ ਪਾਸੇ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਤਿੰਨ ਮਾਰਚ ਆ ਜਿਹੜੀ ਮਹਿਲ ਫੁਰਦੇ ਬੰਦੇ ਕੱਪ ਦੀ ਗੁਆਂਢੀ ਪਿੰਡ ਆ ਤਿੰਨ ਮਾਰਚ ਕਹਿੰਦੇ ਮਹਿਲ ਫੁਰਦੇ ਬੰਦੇ ਕੱਪ ਦੀ ਆ ਭਾਈ ਨੋਨੀ ਕੈਨੇਡਾ ਜੀ ਕਹਿ ਰਿਹਾ 1,00,000 ਦੇ 11,000 ਰੁਪਇਆ ਪਹਿਲਾ ਪ੍ਰਾਈਜ਼ ਦੇਣਾ 1,00,000 ਤੇ 11,000 ਔਰ ਵੀਰ ਕਹਿੰਦੇ ਮੇਰੇ ਹਿਸਾਬ ਨਾਲ 5-7 ਪੁਆਇੰਟ ਹੋ ਗਏ ਵੀਰੇ 5-7 ਜੀ ਆਪਾਂ ਸਹੀ 5 ਗੋਪਾ 7 ਜੌਂਟੀ ਕੀਤੀ ਜਾਣੀ ਉਸ ਤੋਂ ਬਾਅਦ ਕਾਪੀ ਜਿਹੜੀ ਗੁਰਲਾਲ ਬੰਦ ਕੀਤੀ ਜਾਵੇਗੀ 5-7 ਪੁਆਇੰਟ ਆ ਵੀਰੇ ਲਾਲੀ 5 ਨੰਬਰ ਆ ਜਿਹੜੇ ਖੇੜੀ ਦੀ ਟੀਮ ਦੇ 7 ਪੁਆਇੰਟ ਆ ਨੈਡੀ ਸ਼ਰਮਾ ਕਲੱਬ ਚੈਣਿਆਂ ਦੀ ਟੀਮ ਦੇ ਓਏ ਸਚਿਨ ਨੇ ਤਗੜੀ ਬਾਲ ਲਾਤੀ 7-5 ਵੀਰੇ ਮੈਚ ਦੇਖਿਆ ਨੇ ਇੱਧਰ ਵੀ ਪੂਰਾ ਪੂਰਾ ਸੱਤੇ ਦਾ ਮੈਚ ਵੀਰੇ ਚੱਲੀ ਜਾਂਦਾ ਉਧਰ ਦੀ ਐਂਡ ਗੱਲਬਾਤ ਤੇ ਵੀਰੇ ਐਂਡ ਗੱਲਬਾਤ ਤੇ ਵਾਲੀਬਾਲ ਐਂਡ ਗੱਲਬਾਤ ਸ਼ੇਰੂ ਦਾ ਮੈਚ ਵਾਲੀਬਾਲ ਐਂਡ ਗੱਲਬਾਤ ਤੇ ਇੱਕ ਵਾਰੀ ਲੱਗਿਆ ਵੇਲਾ ਮੁੜ ਕੇ ਹੱਥ ਆਉਂਦਾ ਨੀ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਨੀ ਹੱਥ ਆਉਂਦਾ ਇਹ ਕਹਿੰਦੇ ਸਿਆਣੇ ਪੱਲੇ 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 ਜੱਟ ਚੋਟੀ ਬਸੂਲੇ ਬਾਲ ਲਾਵੇ ਤੇ ਰੁਪਈਆ 500 ਕਿੰਨੇ ਵਾਰੀ ਆਵਾਜ਼ਾਂ ਮਾਰੀਆਂ ਯਾਰ ਮੁੰਡਿਆਂ ਨੂੰ ਬਾਈ ਜੀ ਕੇਰ ਵਾਲੀ ਦੀ ਟੀਮ ਦੇ ਬਈ ਸਾਰੇ ਪਲੇਅਰ ਇਕੱਠੇ ਆਇਆ ਕਰੋ ਭਰਾ ਬਣ ਕੇ ਜਿੰਦਰ ਅਮਰ ਝੋਲਡ ਵੀ ਆਇਆ ਹੋਇਆ ਸਾਡਾ ਵੀਰ ਅਮਰ ਝੋਲਡ ਆਇਆ ਵਾ ਖੇੜੀ ਵਾਲਾ ਪ੍ਰੀਤ 7-8
ਵੱਜ ਗਿਆ, ਦੁਨੀਆ ਤੱਕਦੀ ਆ, ਨਾ ਮੈਚ ਕਦੇ ਬਰਾਬਰੀ ਤੇ ਆ, ਨਾ ਖੁਦ ਪਿੰਡਾਂ ਕਦੇ ਗੁਰਦੀ ਸੱਤ ਅੱਠ ਹੋ ਗਏ ਵੀਰੇ, ਸੱਤ ਅੱਠ ਤੇ ਅੱਠ ਮੁਕਾਬਲਾ ਕਦੇ ਬਰਾਬਰੀ ਰੱਖੋ ਕੰਮ ਸ਼ੇਰ ਵਾਲਾ, ਸੱਤ ਅੱਠ ਹੋ ਗਏ ਵੀਰੇ, ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਪਿਆਰ ਬਰ ਪਿਆਰ ਆ, ਕੁਰਸੀਆਂ ਘੁੰਮ ਗਈਆਂ, ਕੁਰਸੀਆਂ ਘੁੰਮ ਗਈਆਂ, ਖੇਡ ਦੇ ਮੈਦਾਨ ਦੇ ਵਿੱਚ ਵੀ ਕੋਈ ਗੱਲਬਾਤ ਪੱਕੀ ਹੋਊਗੀ ਨਾ ਐਵੇਂ ਕੋਈ, ਕੁਰਸੀਆਂ ਘੁੰਮ ਗਈਆਂ ਲੋਕੋ, ਘੁੰਮ ਗਈਆਂ ਕੁਰਸੀਆਂ, ਦੇਸੀ ਜੱਟ ਫੇਟਾ ਬੱਲੋ ਵਾਲਾ, ਸੱਤ ਅੱਠ ਸਕੋਰ, ਸੱਤ ਗੋਪਾ ਅੱਠ ਚੌਂਟੀ, ਤਗੜਾ ਮੈਚ ਆ, ਸੱਤ ਅੱਠ ਭਾਈ ਜੀ, ਗਰਾਊਂਡ ਨੰਬਰ 4 ਦੇ ਵਿੱਚ ਕੇਰ ਵਾਲੇ ਨੇ ਖਿਡਾਰੀ ਕੀ ਕਰੀ ਚਲੋ, ਸ਼ੇਅਰ ਕਰੀ ਚਲੋ ਵੀਰੇ, ਸੱਤ ਅੱਠ ਸਕੋਰ ਭਾਈ ਜੀ, 1 ਮਿੰਟ ਦਾ ਟਾਈਮ ਕੇਰ ਵਾਲੀ ਦੀ ਸੱਤ ਅੱਠ ਪੁਆਇੰਟ ਆ ਵੀਰੇ, ਮੈਂ ਪੂਰਾ ਤਗੜਾ ਸ਼ੇਅਰ ਕਰੀ ਚਲੋ, ਨਾ ਚੌਧਰੀ ਗੱਲਾਂ ਕਹਿੰਦੇ ਵੱਡੀਆਂ ਦਾ ਵੀ ਕਿੰਨੇ ਕਿੰਨੇ ਹੋ ਗਏ ਭਾਈ, ਓਏ ਨੰਬਰ 8 ਬਰਾਬਰ, 8 ਬਰਾਬਰ ਇਧਰ ਹੈਪੀ ਭਰਾ ਸਾਡਾ, ਨੰਬਰ 8 ਬਰਾਬਰ ਹੋ ਗਏ ਵੀਰੇ, ਤੇ ਨਾਲ ਗੁੰਡੋਰਾ ਵਾਲਾ ਸ਼ਿਕੰਦਰ ਸਾਡਾ ਵੀਰ ਕਰ ਰਿਹਾ ਹੈ, ਤੇ ਬੱਲ ਵਾਲਾ ਓ ਖੇੜੀ ਵਾਲਾ ਨੰਬਰ 9 8 9 8 9 ਖੇੜੀ 8 ਚੇਣੇਵਾਲ, ਖੇੜੀ ਵਾਲਾ ਪ੍ਰੀਤ ਪਟਾਕਾ ਪਾ ਗਿਆ ਬਾਈ, 9 8 ਸਕੋਰ ਆ ਜੀ, 9 ਸਕੋਰ, 9 ਤੇ 8 ਦੀ ਟੱਕਰ, 9 8 ਸਕੋਰ ਆ ਜੀ, 9 8 ਵੀਰੇ, 9 ਖੇੜੀ 8 ਚੇਣੇਵਾਲ, ਬਈ ਵਾਲੀਆ ਚੌਂਟੀ ਆ ਗਿਆ ਸੈਂਟਰ ਚ, ਕਹਿੰਦੇ ਬਈ ਵਾਲੀਆ ਚੌਂਟੀ ਸੈਂਟਰ ਚ ਆ ਗਿਆ ਬਾਈ, ਕਰ ਦੋ ਸ਼ੇਅਰ ਵੀਰੇ, 9 8 ਹੋ ਗਏ, 9 8 10 12 ਜੁੜ ਗਿਆ, 10 12 ਜੁੜ ਗਿਆ, 10 8 ਵੀਰੇ, 10 ਤੇ 8 ਦੀ ਟੱਕਰ, ਘੁੱਗੀ ਬਰਨਾਲਾ ਖੇੜੀ ਦੀ ਟੀਮ ਦੇ 10 ਸਕੋਰ ਆ ਜੀ, ਮਹਿੰਦੀ ਸ਼ਰਮਾ ਕਲੱਬ ਚੇਣੇਵਾਲ, ਚੌਂਟੀ ਤੇ ਚੇਣੇਵਾਲ, ਸਚਿਨ ਤੇ 8 ਆ ਜੀ, 10 8 ਵੀਰੇ, ਸ਼ੇਅਰ ਕਰੀ ਚਲੋ ਜੀ, 10 8 10 8 ਵੀਰੇ, ਕਰੀ ਚਲੋ ਸ਼ੇਅਰ ਕਰੀ ਚਲੋ ਵੀਰੇ, ਚੌਂਟੀਆਂ ਚੱਲਦੇ ਹੋਏ ਮੈਚ ਦੇ ਵਿੱਚ ਜੇਤੂ ਰਹਿੰਦਾ ਤੇ ਬਾਈ ਟੀਨੂ ਉੱਪਰ ਯੂਐਸਏ ਨਾਲ ਬਾਈ ਗੁਰਪ੍ਰੀਤ ਪਸ਼ੀ, ਓਕੇ ਓਕੇ ਦਿਲਪ੍ਰੀਤ ਵੀਰੇ, ਇਹਨਾਂ ਵੀਰਾਂ ਦੇ ਵੱਲੋਂ ਚੌਂਟੀ ਦਾ ਸਨਮਾਨ 1100 ਦੀ ਰੰਗ ਰਾਸ਼ੀ ਨਾਲ ਕੀਤਾ ਜਾਊਗਾ, ਨਾ 10 ਤੇ ਕਦੇ ਆਖਰੀ ਟੱਕਰ ਨੰਬਰ 11 ਬੱਲੇ 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 ਬੱਲੋ ਵਾਲਿਆ ਤਿਆਰੀ ਫੜ, ਹਾਂਜੀ ਭਾਈ ਜੀ, ਗਰਾਊਂਡ ਨੰਬਰ 4 ਦੇ ਵਿੱਚ ਵੀਰੇ ਬਾਈ ਕਿੰਨਾ, ਕਰੀ ਚਲੋ ਸ਼ੇਅਰ ਕਰੀ ਚਲੋ ਵੀਰੇ, ਕੱਟ ਕਰ ਵੀਰੇ ਯਾਰ, ਬਹੁਤ ਟਾਈਮ ਹੋ ਗਿਆ, ਰੈਡੀ ਦਾ ਮੈਂ ਦੱਸ ਦਿਆਂ ਵੀਰੇ, ਰਾਜੂ ਵੇਟ ਕਰੋ ਜੀ, ਕਿੰਨੇ ਬੜੀ ਮੈਂ ਬਾਜ਼ੀਆਂ ਮਾਰੀਆਂ, ਆਇਆ ਨਾ ਕਰੋ ਭਰਾ ਬਣ ਕੇ ਸਭ ਜਾ ਕਰੋ, ਕਰੀ ਚਲੋ ਸ਼ੇਅਰ ਕਰੀ ਚਲੋ ਸਾਰੇ ਵੀਰ, ਬਾਜ਼ੀ ਤੋਂ ਚੰਗੇ ਨਹੀਂ ਲੱਗਦੇ, ਕਰੀਏ ਜੀ ਸਰਵਿਸ ਆਪਾਂ, ਓਏ ਨੰਬਰ 10 8 ਸਰਵਿਸ ਫੇਰ ਦੇ ਦੇ ਵੀਰੇ, 10 ਕੋਪਾ ਮਾਰ ਬੱਲੋ 8 ਚੌਂਟੀ, 10 8 ਉਧਰ 10 ਇਧਰ
ਕਰਮਜੀਤ ਦੱਸਲ ਕਰਮਜੀਤ ਦੱਸਲ ਕਹਿੰਦਾ ਕੈਨੇਡਾ ਵਾਲਾ ਵੀ ਜੇ ਘੁੱਗੀ ਜਿੱਤ ਗਿਆ ਤੇ ਰੁਪਈਆ 1100 ਦੇਵਾਂਗੇ ਆਪਾਂ ਵੀਡੇ ਘੁੱਗੀ ਜਿੱਤ ਗਿਆ ਤੇ ਮਾਨ ਸਨਮਾਨ ਦੇਣੇ 1100 ਕਰੀ ਚੱਲੋ ਸ਼ੇਅਰ ਕਰੀ ਚੱਲੋ ਵੀਰੇ ਰਾਈਟ ਬਾਲ ਪਰਨਾਲੇ ਵਾਲਾ ਮਦਨ ਨੰਬਰ ਜੋੜ ਗਿਆ ਘੁੱਗੀ ਆ ਆ ਪਰਨਾਲੇ ਵਾਲਾ ਘੁੱਗੀ ਆ ਜੀ 10-8 ਸਰਵੇ ਫੇਰ ਦੇ ਜਾ ਵੀਰੇ 10-8 ਸਰਵੇ ਚੇਂ ਤੇ ਆਖਾ ਹਾਲੇ ਤੇ 17 ਤੇ ਲੈ ਕੇ ਗੱਲ ਮੁੱਕਣੀ ਆ ਨੰਬਰ 11ਵਾਂ ਕੌਣ ਜੋੜਦਾ ਓ ਭੱਲੇ 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 ਜਲਦੀ ਨੇ ਕੋਸ਼ਿਸ਼ ਕੀਤੀ ਹਰਪ੍ਰੀਤ ਸੰਧੂ ਬੁਲਾਉਣੇ ਵੀਰੇ ਲਹਿੰਗੇ ਵਾਲੀ ਓ ਤੇ ਸਾਰੀ ਇਹਦੇ ਤੇ ਖੜ ਗਈ ਵਾ ਲਹਿੰਗੇ ਵਾਲਾ ਟਕਾਰੇ ਲੱਗੀ ਹੋਈ ਆ ਖੇੜੀ ਵਾਲਾ ਤੇ ਪੱਲੋ ਵਾਲਾ ਤਿੰਨ ਨੰਬਰ ਗਰਾਊਂਡ ਤੇ ਇਧਰੋਂ ਪਈ ਵਾਲੀ ਆ ਜੌਂਟੀ ਪਈ ਵਾਲੀ ਆ ਪਈ ਵਾਲੀ ਆ ਜੌਂਟੀ ਸਰਵਰ ਫੇਰ ਦੇ ਜਾ 8-10 ਸਵਾਨ ਪਰੀ ਅੱਗੇ 8-10 ਸਰਵਰ ਫੇਰ ਦੇ ਜਾ ਵੀਰੇ ਟਾਈਮ ਨਵਾਬ ਦੇ ਫੁਰਦਾਰ ਹੱਕਾਂ ਦੇ ਮੈਚ ਦੇ ਵੀ 8-10 ਇਧਰ ਹੁਣ ਮੈਚ ਖੇੜੀ ਦਾ ਤੇ ਚਾਰੇ ਨਾਲ ਦਾ ਨਹੀਂ ਹੁਣ ਤੇ ਮੈਚ ਪੀਤ ਦਾ ਤੇ ਪਰਨੇ ਦਾ ਬਣ ਗਿਆ ਆਏ ਹਾਏ ਆ ਮੈਚ ਹੁਣ ਪੀਤ ਦਾ ਤੇ ਟੱਕਰ ਜਜ਼ਾਰ ਗਲਤੀ ਕਰ ਗਿਆ ਚਿਣੇ ਵਾਲੀ ਆ ਚੱਕੀ ਫਿਰਦੇ ਜਜ਼ਾਰ ਚਿਣੇ ਵਾਲ ਗਲਤੀ ਕਰ ਗਿਆ ਬਈ ਚੜੀ ਜਵਾਨੀ ਗਰਮ ਖੂਨ ਕਰੀ ਚਲੋ ਸ਼ੇਅਰ ਕਰੀ ਚਲੋ ਦਸ ਤੇ ਨੌ ਖੇੜੀ ਵਾਲਾ ਖੇੜੀ ਵਾਲਾ ਨੰਬਰ 10 ਨੌ ਵੀਰੇ 10 ਖੇੜੀ 9 ਪ੍ਰੀਤ ਪਰਨਾਲੇ ਵਾਲਾ ਇੱਕ ਹੋਰ ਨੰਬਰ ਜੋੜ ਗਿਆ 10-9 ਨੰਬਰ 11-9 ਹੋ ਗਏ ਵੀਰੇ 11-9 11 ਖੇੜੀ 9 ਚਿਣੇ ਵਾਲ 11-9 ਐਂਡ ਗੱਲਬਾਤ ਮੈਚ ਬਣ ਗਿਆ ਵੀਰੇ 11-9 ਕਰੀ ਚਲੋ ਸ਼ੇਅਰ ਕਰੀ ਚਲੋ ਹੈਪੀ ਚੈ ਲਹਿਰਾ ਗਾਗਾ ਕੈਨੇਡਾ ਵੈਲਕਮ ਹੈਪੀ ਵੀਰੇ ਕਰੋ ਸ਼ੇਅਰ ਹੈਪੀ ਖਿੱਚ ਕੇ ਲਾਈਏ ਇੱਕ ਕੇ ਆਪਾਂ ਬਾਰਾਂ 9 ਹੋ ਗਏ 11-9 11-9 ਜਾਂ 12-9 ਵੀਰੇ ਜਗਜੀਤ ਬਰਾੜ ਓਕੇ ਓਕੇ 12-9 ਹੋ ਗਏ 12-9 ਹੋ ਗਏ 12-9 ਹੋ ਗਏ ਵੀਰੇ ਬਿਲਕੁਲ ਸਹੀ ਹੋ ਤੁਸੀਂ 12-9 ਜੀ
ਬਿਲਕੁਲ ਬਿਲਕੁਲ ਤੁਸੀਂ ਆਪ ਹੀ ਜਾਣੀ ਜਾਣੋ, 12 ਨਾ ਹੋ ਗਏ ਜੀ, 12 ਖੇੜੀ ਗੋਪੇ ਮਾਲ ਵੱਲੋਂ ਹਰਸਦੀਪ ਉੱਪਰ ਕੈਨੇਡਾ, ਹਰਸਦੀਪ ਉੱਪਰ ਕੈਨੇਡਾ ਵੈਲਕਮ ਜੀ। ਮੈਨੂੰ ਲੱਗਦਾ 9 ਨੰਬਰ ਜੋਨਪੁਰੀਏ ਨੇ ਲਵਪ੍ਰੀਤ ਕੈਨੇਡਾ ਸਾਡੇ ਭਰਾ ਦਾ ਜੋਗੀ ਮਾਜਰਾ ਪਿੰਡ ਕਲੱਬ ਦਾ ਸਾਡਾ ਵੀਰ, ਉਹ ਕਹਿੰਦਾ ਮਾਨ ਸਨਮਾਨ ਕਰਾਂਗੇ ਮੁੰਡੇ ਟੱਕਰ ਕਹਿੰਦੇ ਇੱਧਰ ਵੀ ਵੱਡੀ ਆ, ਖੜਕੇ ਤੜਕੇ ਮੇਰੇ ਮਿੱਤਰੋ, ਲੋਕੀ ਕਹਿੰਦੇ ਤੂਫਾਨ ਆਇਆ ਹੋਇਆ ਤੇ ਦੂਜੇ ਪਾਸੇ ਖੇਡ ਵਾਲੀਬਾਲ ਦਾ ਪੀਬੀਐਕਸ ਕਲੱਬ ਲਈ ਜੇ ਬੱਬੂ ਮੈਂ ਜਿੱਤ ਗਿਆ ਤੇ ਰੁਪਈਆ 21,000 ਬਾਰੀ ਵੱਡੀ ਕਰ ਗਿਆ ਬਿਲਕੁਲ ਰੂਪੀ ਧਾਲੀਵਾਲ ਕੈਨੇਡਾ, ਉਹ ਸਾਡਾ ਵੀਰ ਇਸੇ ਪਿੰਡ ਤੋਂ ਆ, ਨਿਟਕੜ ਦਾ ਰਿਹਾ ਪਹਿਲਾ ਭਰਾ ਸਾਡਾ, ਉਹ ਵੀ ਅੱਜ ਦੇ ਬੰਦੇ ਕਰਦੇ ਮੇਰਾ ਵੀਰ ਬਾਰਾਂ ਕਹਿਣੇ ਵਾਲੀ ਆ ਮੈਨੂੰ ਵੀ ਉਹੀ ਲੱਗਦਾ। ਹੈਲੋ 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 ਵੀਰ, ਥੋੜੀ ਹੋਰ ਲੱਕੀ ਸਮੁੰਦਗੜ ਵੀਰੇ, ਠੀਕ ਆ ਜੀ, ਗੁਰਲਾਲ ਵਾਲੇ ਨੇਗੜੀ ਵਾਰ ਖੋਲਦੇ ਇਕਬਾਲ ਸਿੱਧੂ ਬਰਾੜ ਯੂਕੇ ਲਾਗੇ ਕਰਦੇ ਕਹਿੰਦੇ ਬੰਦੇ ਇੱਥੇ ਰੱਖ, ਇਕਬਾਲ ਸਿੱਧੂ ਬਰਾੜ ਇੱਥੇ ਰੱਖ,
ਉਧਰੋਂ ਗੁਰਪੀ ਨੂੰ ਵੀ ਆਇਆ ਭਰਾ ਸਾਡਾ ਡਰਾਈਵਰ ਭਰਿਆ ਹੋਇਆ ਕਰਦੇ ਵੱਡੇ ਹੁੰਦੇ ਮੇਰੇ ਵੀਰੇ ਗੱਲਾਂ ਕਹਿੰਦੇ ਵੱਡੀਆਂ ਨੇ ਲੈ ਵੀ ਗੋਬਿੰਦਗੜੀਏ ਯਾਰ ਆਏ ਹੋਇਆ ਆਓ ਸਾਹਮਣੇ ਮੇਰੇ ਵੀਰੇ ਕਹਿੰਦੇ ਸੀਤਾ ਗੋਪਾਲ ਦੀਆਂ ਗੱਲਾਂ ਕਹਿੰਦੇ ਕੈਨੇਡਾ ਦੀ ਧਰਤੀ ਦੇ ਭਰਾ ਸਾਡਾ ਕਹਿੰਦੇ ਆਓ ਵਧੀਆ ਵਧੀਆ ਜਿੰਦਰ ਸੋਈਆ ਵਧੀਆ ਵੀਰੇ ਚੋਤੀ ਦਾ ਮੈਨ ਵਧੀਆ ਵਧੀਆ ਅਕਬਾਲ ਵਧੀਆ ਵੀਰੇ ਮੈਦਾਨ ਦੇ ਵਿੱਚ ਜਿਹੜਾ ਖੇਡਿਆ ਜਾ ਰਿਹਾ ਉਧਰ ਅਕਬਾਲ ਸਿੱਧੂ ਬਰਾੜ ਭਰਾ ਸਾਡਾ ਕਹਿੰਦਾ ਵੀ ਜਲਦ ਆਪਾਂ ਮਾਨ ਸਨਮਾਨ ਦੇ ਕਰਾਂਗੇ ਔਰ ਜਾਂਗਲੀ ਪਿੰਡ ਦੇ ਵਰਿੰਦਰ ਦੇ ਵੀਰ ਕਹਿੰਦਾ ਵੀ ਆਪਾਂ 21,000 ਦੇਵਾਂਗੇ ਔਰ ਵਾਲੇ ਯਾਰ ਦੇ ਸੱਦੇ ਤੇ ਖੇਡਣ ਲਈ ਆਇਆ ਪੂਰੀ ਨੰਬਰ ਦੱਸੀ ਇੱਕ ਵਾਰੀ ਵੀਰੇ ਸਰਵੇ ਸਾਊਂਡ ਸੈੱਟ ਕਰਾਓ ਸਾਊਂਡ ਹੈਲੋ ਸਰਵੇ ਇੱਕ ਵਾਰੀ ਜ਼ਰੂਰ ਮੇਰਾ ਭਲਾ ਬਣਗੇ ਸੰਪਰਕ ਕਰੀ ਸਾਊਂਡ ਵਾਲਾ ਵੀਰ ਸੈੱਟ ਕਰਾਓ ਯਾਰ ਇਹਨੂੰ ਥੋੜਾ ਜ਼ਿਆਦਾ ਰੌਲਾ ਜਿਹਾ ਪੈਣ ਲੱਗ ਗਿਆ ਮੇਰਾ ਵੀਰ ਬਣ ਕੇ ਪਹਿਲਾਂ ਵਧੀਆ ਚੱਲੀਆਂ ਵੱਜਦੇ ਨੇ ਅਪੀਲ ਹੋਈ ਆ ਪਰ ਕਪਲ ਮੁੰਡਾ ਪੀਰ ਖੇੜੇ ਵਾਲਾ ਚਰਨੇ ਵੱਡੇ ਯੋਧਪੁਰੀ ਦੇ ਟੀਮ ਦੇ ਚੋਟੀ ਵਧੀਆ ਲੱਗੀ ਜੋਰਦਾਰ
34 ਨੰਬਰ ਜੋੜ ਗਿਆ ਤਗੜਾ ਲੱਭੀ ਬੈਠੇ ਬੰਦੇ ਆਹ ਕੋਈ ਨਾ ਕੋਈ ਇਧਰੋਂ ਵੀ ਲੱਭਣਾ ਪੈਣਾ ਮੈਰ ਖੁਰਦਾਲਾ ਕੁਲਦੀਪ ਖੇਟਾ ਸਾਡਾ ਉਹ ਪਾਲ ਓਏ 34 ਨੰਬਰ 14 13 ਓਏ ਵੱਡੇ ਮਾਰ ਕੀਤਾ ਭਰਾ ਸਾਡੇ ਨੇ ਨੰਬਰ 14 13 ਧਰਮ ਦਾ ਦਿਲੋਂ ਪਿਆਰ ਹੈ ਔਰ ਕਰਕੇ ਜਿਹੜੇ ਵੱਡੇ ਆ ਮੇਰੇ ਮਿੱਤਰ ਖੇਡ ਗਰਾਊਂਡ ਦੇ ਅੰਦਰ ਹਾਲੀ ਬਲਜੀਤ ਗਰੇਵਾਲ ਮਨਦੀਪ ਸਿੰਘ ਵੈਲਕਮ ਵੈਲਕਮ ਜੀ ਮਨਦੀਪ ਸਿੰਘ ਜੀ ਭਰਾ ਵੱਲੋਂ ਵੱਡੇ ਮਾਰ ਆਇਆ ਜੱਸਾ ਕੁਆਟਰ ਫਾਈਨਲ ਜਾਵੇ ਮੇਰੇ ਦੀ ਟੱਕਰ ਮੇਰੇ ਮਿੱਤਰੋ ਗਰਾਊਂਡ ਨੰਬਰ 2 ਦੇ ਵਿੱਚ ਵੀ ਆਹ ਦੁਨੀਆ ਜੁੜ ਬੈਠੀ ਆ ਬੱਲੇ ਬੱਲੇ ਜਦੋਂ ਪੇਕੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਆਹ ਭੁਲੇਖੇ ਸੋਹਣਿਆ ਅਗਲਾ ਵੀ 21 ਨਹੀਂ 31 ਮੋੜਦਾ 14 13 ਨੇ ਵੀਰੇ 14 13 ਜੀ 14 13 ਅੱਜ ਦਾ ਫਰਾਟਾ ਜਿਵੇਂ 14 34 13 ਗੋਪਾ ਸਿਕੰਦਰ ਹੈ ਭਰਾ ਸਾਡਾ ਪਰ ਸਿਕੰਦਰ ਮਾਜਰੇ ਵਾਲਾ ਕਾਰਾ ਸੈਂਟਰ ਜਾਇਆ 17 ਦਾ ਮੈਚ ਆ ਸਾਹਿਲ ਕਲੇਰ ਕੈਨੇਡਾ ਵੀਰੇ ਬਿਲਕੁਲ ਜੀ ਥਾਰ 17 ਦਾ ਮੈਚ ਆ ਜੀ ਬੱਲੇ 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 ਓਏ ਪਈ ਵਾਲੀ ਆ 34 15 13 34 ਦੇ ਨੰਬਰ ਮੈਨੂੰ 15 13 ਨੰਬਰਾਂ ਦੇਰਤਾ ਜੀ 15 13 ਵੀਰੇ 13 ਲਾਸਟ ਹੈ ਲਾਸਟ ਪੁਆਇੰਟ ਦੀ ਖੇਡ ਬਾਕੀ ਲਾਸਟ ਪੁਆਇੰਟ ਆ ਗਿਆ ਵੀਰੇ ਚੈਣਿਆਂ ਦਾ ਲਾਸਟ ਪੁਆਇੰਟ ਜੀ ਪਾਣੀ ਸਿਰ ਤੋਂ ਲੰਘਦਾ ਲੱਗਦਾ ਉਹ ਪਾਣੀ ਸਿਰ ਜੱਸਾ ਕੁਆਟਰ ਜਾ ਵੀਰੇ ਕੁਆਟਰ ਜਾ ਜੀ ਜੱਸਾ ਕੁਆਟਰ ਜਾ ਕੁਝ ਨਾ ਕੁਝ ਕਰਨਾ ਪਊਗਾ ਅਗਲਾ ਮੈਚ ਅਗਲਾ ਮੈਚ ਨਾਲ ਦਿੱਤੀ ਆਸਟ੍ਰੇਲੀਆ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਉਹਨਾਂ ਦੇ ਵੱਡੀਓ ਵੱਡੇ ਮਾਣਸ ਤੇ ਆ ਰਹੇ ਸੁਨੀਪ ਗੋਇਲ ਲਾਲਿਆਂ ਵਾਲੀ ਵੈਲਕਮ ਜੀ ਵੈਲਕਮ ਸੁਨੀਪ ਗੋਇਲ ਲਾਲਿਆਂ ਵਾਲੀ ਪੀਤ ਬੱਸੀਆਂ ਗੁਬੇਰਾ ਸਾਡਾ ਵੱਡਾ ਭਰਾ ਕਹਿੰਦਾ ਜੋਤੀ ਨੂੰ 1100 ਆਪਾਂ ਨਾਲ ਦੀ ਨਾਲ ਦੇਣਾਗੇ ਪਰ ਪੱਲੋ ਵਾਲਾ ਫੇਟਾ ਪੱਲੋ ਹਾਲੇ ਗੋਇਲ ਟੁੱਕਿਆ ਨਹੀਂ ਉਹ ਹਾਲੇ ਟੁੱਕਿਆ ਨਹੀਂ ਹਾਲੇ ਤੇ ਪੱਲੇ 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 ਓਏ ਸੱਜੇ ਜਿੱਤ ਗਈ ਬਹੁਤ ਤਕੜਾ ਮੈਚ ਲੱਗਿਆ ਚੈਣੇਵਾਲ ਬਿਲਰ ਆ ਜੀ ਬਈ ਵਾਲੀਏ 34 ਨੇ ਸੈਂਟਰ ਜਾ ਕੇ ਐਨ ਪਾਸਾ ਬਦਲਦਾ ਮੈਚ ਦਾ ਬਈ ਵਾਲੀਏ 34 ਨੇ ਬਈ ਜਲਦੀ ਦੇ ਨਾਲ ਭਾਈ ਬੇਦਰੀ ਦਾ ਲੱਗੀ ਆਪਾਂ ਇੱਕ ਨੰਬਰ ਗਰਾਊਂਡ ਬਈ ਵਾਲੀਏ 34 ਨੇ ਮੈਚ ਪੱਟਦਾ ਵੇ ਮਰਦੈਣੀ ਤੇ ਹਿੰਮਤਾਂ ਦਾ ਮੈਚ ਆ ਰਿਹਾ ਮਰਦੈਣੀ ਤੇ ਹਿੰਮਤਾਂ ਦੇ ਪਟਾਕੇ ਆਓ ਵੀਰੇ ਗਰਾਊਂਡ ਦੇ ਵਿੱਚ ਵੀ ਨਾ ਸੋਨੇ ਵੀਰ ਮੈਚ ਦੇ ਰਹੇ 13 ਸੈਂਟ ਦਾ ਕੰਮ ਹੱਥ ਲਾ ਕੇ ਦੇ ਲਏ ਬਾਬੇ ਨੂੰ ਮੱਥਾ ਨਹੀਂ ਟੇਕ ਦੇ ਜੋਟੀ ਜਿੱਤ ਗਿਆ ਜੋਟੀ ਪ੍ਰੀਤ ਨੇ ਵੀ ਸਿਰਾ ਕਰਿਆ ਸਹੀ ਹੈ ਗੱਲ ਸੱਚਾ